ਸਤਿ ਸ੍ਰੀ ਅਕਾਲ ਮੇਰੇ ਅਜ਼ੀਜ਼ ਦੋਸਤੋ ਕੀ ਹਾਲ ਚਾਲ ਹੈ ਦੋਸਤੋ ਇਹ ਦੇਖੋ ਕਰੀਨਾ ਕਪੂਰ ਕੋਈ ਮੈਨੂੰ ਲੱਗਦਾ ਹੈ ਕਿ ਜੱਦਣ ਦੀ ਇੰਦੀ ਫਿਲਮ ਲਾਂਚਿੰਗ ਟੱਡਾ ਦਾ ਭਾਰਤ ਦੀ ਆਵਾਮ ਨੇ ਬਾਈਕਾਟ ਕੀਤਾ ਹੈ ਇੰਦਾ ਦਿਮਾਗ ਜ਼ਿਆਦਾ ਹੀ ਖਰਾਬ ਥੀ ਗਿਆ ਹੈ ਦੋਸਤੋ ਇਹ ਇੱਕ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ થઈ ਹੈ ਇੰਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਕਰੀਨਾ ਕਪੂਰ ਕੋ ਦੇਖ ਕੇ ਭਾਜੀ ਕੇ ਆਂਦੀ ਹੈ ਇੰਦੇ ਪਾਸੇ ਤਾਂ ਕਿ ਇੱਕ ਸੈਲਫੀ ਯੇਨ ਗਿਨੇ ਪਰ ਮੈਡਮ ਕਰੀਨਾ ਕਪੂਰ ਇੰਡੀਅਨ ਫਿਲਮ ਇੰਡਸਟਰੀ ਦੀ ਬੇਬੋ ਸਹਿਬਾ ਇਹਦੇ ਨਾਲ ਬਹੁਤ ਰੂਡਲੀ ਬਿਹੇਵ ਕਰੇਂਦੀ ਪਈ ਹੈ ਇੱਕ ਤਾਂ ਇਹਨਾਂ ਦੀ ਸ਼ਕਲਾਂ ਹੁਣ ਕੋਈ ਦੇਖਣਾ ਪਸੰਦ ਨਹੀਂ ਕਰੇਂਦਾ ਭਾਰਤ ਦੇ ਆਵਾਮ ਨੇ ਇਹਨਾਂ ਲੋਕਾਂ ਨੂੰ ਬਿਲਕੁਲ ਮੁਸਤਰਿਤ ਕਰ ਦਿੱਤਾ ਹੈ ਤੇ ਅਗਰ ਕੋਈ 2-4 ਲੋਕ ਹਾਲ ਹੀ ਵੀ ਨਾ ਕੋਈ ਸਟਾਰ-ਵਟਾਰ ਸਮਝਦੇ ਹਨ ਤਾਂ ਇਹ ਉਹਨਾਂ ਦੇ ਨਾਲ ਵੀ ਰੂਡਲੀ ਬਿਹੇਵ ਕਰਦੇ ਹਨ ਤੇ ਆਪਣੇ ਨਖਰੇ ਵਿੱਚ ਰਹਾਂਦੇ ਹਨ ਕਰੀਨਾ ਆਪਣੇ ਨਖਰੇ ਵਿੱਚ ਇਤਨੀ ਧੁੱਤ ਹੈ ਕਿ ਕੋ ਅਹਿਸਾਸ ਹੀ ਨਹੀਂ ਧਿਆ। ਅਗਰ ਹਾਲੀ ਵੀ ਗਲਤੀ ਨਾਲ ਉਹਦੇ ਨਾਲ ਕੋਈ ਸੈਲਫੀ ਖਿਨਣਾ ਚਾਹੁੰਦਾ ਹੈ ਤਾਂ ਇਨਸਾਨ ਦੀ ਬੱਚੀ ਬਣ ਕੇ ਉਹ ਕੋ 2 ਸੈਕਿੰਡ ਰੁੱਕ ਕੇ ਸੈਲਫੀ ਖਿਨਣ ਗਿਨਣ ਦੇਵੇ। ਆਹਾਂ ਪਰ ਨਹੀਂ ਇਨਾਂ ਲੋਕਾਂ ਨੂੰ ਆਪਣਾ ਨਖਰਾ ਤੇ ਆਪਣੀ ਆਕੜ ਸਭ ਤੋਂ ਜ਼ਿਆਦਾ ਅਜ਼ੀਜ਼ ਹੈ। ਦੋਸਤੋ ਇੰਡੀਅਨ ਫਿਲਮ ਇੰਡਸਟਰੀ ਦੀ ਇਹੋ ਜੀਆਂ ਬਹੁਤ ਸਾਰੀ ਵਾਇਰਲ ਵੀਡੀਓ ਹੈ ਜਿਨ੍ਹਾਂ ਤੋਂ ਸਾਬਤ ਥਿੰਦਾ ਹੈ ਕਿ ਇਨਾਂ ਲੋਕਾਂ ਨੂੰ ਆਪਣੇ ਮੋਲਕ ਦੀ ਆਵਾਮ ਯਾਵਲ ਜਿੱਥਾ ਜਿੱਥਾ ਇਨਹਾਂ ਦੇ ਫੈਨ ਝੇਨ ਉਹਨਾਂ ਤੋਂ ਸਿਰਫ ਔਰ ਸਿਰਫ ਪੈਸੇ ਦੀ ਗਰਜ਼ ਹੈ ਬਿਆ ਕੁਝ ਵੀ ਨਹੀਂ ਦੋਸਤੋ ਬਾਲੀਵੁੱਡ ਦੀ ਬੇਬੋ ਦੇ ਬਾਰੇ ਵਿੱਚ ਤਾਂ ਵੈਸੇ ਵੀ ਬਹੁਤ ਜ਼ਿਆਦਾ ਮਸ਼ਹੂਰ ਹੈ ਕਿ ਇਹ ਆਪਣੇ ਫੈਨਜ਼ ਨਾਲ ਆਪਣੇ ਚਾਵਣ ਵਾਲਿਆਂ ਨਾਲ ਬਹੁਤ ਸਖਤ ਰਵੱਈਆ ਰੱਖਿੰਦੀ ਹੈ ਮਤਲਬ ਕਿ ਇਹ ਬਹੁਤ ਜ਼ਿਆਦਾ ਨਖਰੇ ਟੁੱਟੀ ਹੈ ਦੋਸਤੋ ਇਹ ਬੇਬੋ ਮੈਡਮ ਤਾਂ ਪੀਣ ਪਿਲਾਉਣ ਦੀ ਵੀ ਬਹੁਤ ਸ਼ੁਕੀਨ ਹੈ ਕਿ ਥਾਈ ਵੀ ਕਈ ਵੀ ਫੰਕਸ਼ਨ ਜਵੰਗੇ ਤਾਂ ਰੱਜ ਕੇ ਪੀਂਦੀ ਹੈ ਤੁਸੀਂ ਆ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਇਹ ਟੰਥੀ ਕੇ ਪਾਰਟੀ ਤੋਂ ਬਹਿਰ ਆਂਦੀ ਪਈ ਹੈ कैमरिया को देख के की में कदम फूक फूक के रखेंदी पई है कि अगर ही कैमरियां दे सामने ढे पई तब बहु गंदी थी सी और वेले जेडे को आवाम ने मुस्तरद कर दिता है त ये बहुत ज्यादा विच आ गए हैं पतनी ਇਹ ਕਿਹੜੀ ਥਿਉਰੀ ਹੈ ਇਨਾਂ ਲੋਗਾਂ ਦੀ ਅਜਾ ਦੋਸਤੋ ਇਨਾਂ ਦੀ ਇੱਕ ਮਜ਼ੇਦਾਰ ਗੱਲ ਇਹ ਹੈ ਕਿ ਇਹ ਲੋਕ ਆਪਣੇ ਆਪ ਨੂੰ ਲੋਗਾ ਦੇ ਵਿੱਚ ਬਹੁਤ ਸਾਫ਼ ਸੁਥਰਾ ਤੇ ਬਹੁਤ ਡੀਸੈਂਟ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਹੀ ਵਾਸਤੇ ਇਹ ਆਮ ਆਵਾਮ ਦੇ ਵਿੱਚ ਬਹੁਤ ਜ਼ਿਆਦਾ ਨਖਰੇ ਕਰਦੇ ਹਨ ਪਰ ਅਸਲੀਅਤ ਵਿੱਚ ਢਿੱਠਾ ਵੰਜੇ ਤਾਂ ਕੋਈ ਆਪਣੇ ਪ੍ਰਾਈਵੇਟ ਪਾਰਟਸ ਦੀ ਬੂ ਸੁਗਣਾ ਪਸੰਦ ਕਰਦੇ ਨੇ ਤੇ ਕੋਈ ਆਪਣੇ ਨੱਕ ਵਿੱਚੋਂ ਚੂਵੇ ਕੱਢ ਕੇ ਨਾਲਾਲੇ ਨੂੰ ਲਾਉਣਾ ਪਸੰਦ ਕਰਦੇ ਨੇ ਇਹ ਸੋ ਕਾਲਡ ਬੇਬੋ ਮੈਡਮ ਆਪਣੇ ਗੰਦੇ ਮੰਦੇ ਨਾਹੂਨ ਖਾਉਣ ਪਸੰਦ ਕਰਦੀ ਹੀ ਦੋਸਤੋ ਤੁਹਾਡਾ ਇਹ ਵੀਡੀਓ ਦੇ ਬਾਰੇ ਵਿੱਚ ਕੀ ਖਿਆਲ ਹੈ ਇਹ ਤੁਸੀਂ ਕਮੈਂਟ ਬਾਕਸ ਵਿੱਚ ਮੈਸੇਜ ਕਰਕੇ ਜ਼ਰੂਰ ਦੱਸਣਾ ਹੈ ਦੋਸਤੋ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੈ ਤਾਂ ਇੱਕ ਲਾਈਕ ਤੇ ਸ਼ੇਅਰ ਕਰਾਇ ਤੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਾਇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੀ ਮੁਹੱਬਤਾਂ ਦਾ ਸਬੂਤ ਦਿਵਾਏ